ਕੰਪਲੈਕਸ ਟ੍ਰੀ ਆਪਾਂ ਕਿਉਂ ਪੜ੍ਹਨੇ ਆ? ਜਿਹੜਾ ਆਮ ਟ੍ਰੀ ਹੁੰਦਾ ਨਾ, ਜਿਹਨੂੰ ਆਪਾਂ ਬਾਇਨਰੀ ਸਰਚ ਟ੍ਰੀ ਕਹਿੰਦੇ ਹਾਂ, ਉਹ ਆਪਣੇ ਆਪ ਹੀ ਬੈਲੈਂਸ ਨਹੀਂ ਕਰਦਾ ਨਾ। ਜਿੱਦਾਂ ਆਪਾਂ ਕਹਿ ਲਓ ਕਿ ਨੋਡ ਇੰਸਰਟ ਕੀਤਾ 10 ਦਾ, ਉਹ ਇੰਸਰਟ ਹੋ ਗਿਆ 20, ਇੰਸਰਟ ਕੀਤਾ 30, ਇੰਸਰਟ ਕੀਤਾ 40, ਇੰਸਰਟ ਕੀਤਾ 50, ਇੰਸਰਟ ਕੀਤਾ। ਹੁਣ ਤੁਸੀਂ ਨੋਟ ਕਰੋ ਕਿ ਜਿਹੜੇ ਨੋਡ ਸਾਰੇ, ਹਰ ਨਵਾਂ ਨੋਡ ਪਹਿਲੇ ਨੋਡ ਤੋਂ ਵੱਡਾ ਵਾ, ਇਸ ਲਈ ਉਹ ਸਾਰੇ ਇੱਕੋ ਹੀ ਲਾਈਨ 'ਚ ਨਾ ਇੰਸਰਟ ਹੋਈ ਜਾਂਦੇ ਆ, ਅਤੇ ਉਹ ਇਟਸ ਨਾਟ ਬੈਲੈਂਸ ਟ੍ਰੀ। ਅਤੇ ਜੇ ਟ੍ਰੀ ਬੈਲੈਂਸ ਨਾ ਹੋਵੇ, ਮਤਲਬ ਕਿ ਇੱਕੋ ਹੀ ਲਾਈਨ ਦੇ ਵਿੱਚ ਬਣਿਆ ਹੋਵੇ, ਤਾਂ ਉਹਦਾ ਫਾਇਦਾ ਕੋਈ ਨਹੀਂ। ਉਹ ਜਿਹੜਾ ਟ੍ਰੀ ਹੁੰਦਾ ਉਹ ਲਿੰਕ ਲਿਸਟ ਹੀ ਹੁੰਦੀ ਹੈ, ਉਹ ਟ੍ਰੀ ਨਹੀਂ ਹੁੰਦਾ। ਅਤੇ ਜਿੰਨਾ ਟਾਈਮ ਲਿੰਕ ਲਿਸਟ ਵਿੱਚ ਕਿਸੇ ਆਈਟਮ ਨੂੰ ਸਰਚ ਕਰਨ 'ਚ ਲੱਗੂਗਾ, ਉਨਾ ਟਾਈਮ ਹੀ ਇਸ ਟ੍ਰੀ ਦੇ ਵਿੱਚ ਕਿਸੇ ਨੋਡ ਨੂੰ ਸਰਚ ਕਰਨ 'ਚ ਲੱਗੂਗਾ। ਇਸ ਲਈ ਆਪਾਂ ਜਿਹੜਾ ਰੈੱਡ ਬਲੈਕ ਟ੍ਰੀ ਆ ਉਹਨੂੰ ਪ੍ਰੈਫਰ ਕਰਦੇ ਹਾਂ ਕਿ ਉਹ ਆਟੋਮੈਟਿਕਲੀ ਬੈਲੈਂਸ ਹੁੰਦਾ ਰਹਿੰਦਾ। ਦੇਖੋ ਆਹੀ ਵੈਲਿਊਜ਼ ਮੈਂ ਇੱਥੇ ਐਂਟਰ ਕੀਤੀਆਂ ਸੀਗੀਆਂ ਅਤੇ ਉਹ ਕਲੈਨ ਬਣ ਗਈ, ਲੇਕਿਨ ਆਹੀ ਵੈਲਿਊਜ਼ ਮੈਂ ਐਂਟਰ ਕੀਤੀਆਂ ਰੈੱਡ ਬਲੈਕ ਟ੍ਰੀ ਦੇ ਵਿੱਚ, ਅਤੇ ਉਹਨੇ ਆਪਣੇ ਆਪ ਨੂੰ ਬੈਲੈਂਸ ਕਰ ਲਿਆ। ਅੱਛਾ, ਇਹ ਤਾਂ ਹੈ ਕਿ ਆਪਾਂ ਕਿਉਂ ਰੈੱਡ ਬਲੈਕ ਟ੍ਰੀ ਪੜ੍ਹਨਾ। ਹੁਣ ਇਹਦੀਆਂ ਕੁਛ ਥੋੜ੍ਹੀਆਂ ਪ੍ਰੋਪਰਟੀਆਂ ਹੈਗੀਆਂ, ਪ੍ਰੋਪਰਟੀਆਂ ਤੁਸੀਂ ਬਸ ਸੁਣ ਲਓ ਕਿ ਇਹਦਾ ਜਿਹੜਾ ਨੋਡ ਆ, ਰੂਟ ਆ, ਉਹ ਹਮੇਸ਼ਾ ਬਲੈਕ ਹੋਊਗਾ। ਅਤੇ ਕਿਸੇ ਵੀ ਬ੍ਰਾਂਚ ਵਿੱਚ ਇੱਧਰ ਨੂੰ ਚਲਿਓ, ਐਂ ਚਲਿਓ, ਐਂ ਚਲਿਓ, ਜਿਹੜਾ ਕਾਊਂਟ ਹੈਗਾ ਬਲੈਕ ਨੋਡਸ ਦਾ ਉਹ ਸੇਮ ਹੋਊਗਾ। ਦੇਖੋ ਇੱਕ ਅਤੇ ਦੋ, ਦੋ ਹੈਗੇ, ਇੱਧਰ ਐਂ ਜਾਓ ਅਤੇ ਇੱਕ ਅਤੇ ਦੋ, ਇੱਧਰ ਜਾਓ ਤਾਂ ਇੱਕ ਅਤੇ ਦੋ, ਇੱਕ ਅਤੇ ਦੋ। ਅਤੇ ਤੀਜੀ ਪ੍ਰੋਪਰਟੀ ਤੁਸੀਂ ਬਸ ਇਹ ਨੋਟ ਕਰ ਲਓ ਕਿ ਕਦੀ ਵੀ ਦੋ ਲਾਲ ਨੋਡ ਇਕੱਠੇ ਨਹੀਂ ਆਉਣਗੇ, ਦੋ ਰੈੱਡ ਨੋਡ ਵਿਲ ਨੈਵਰ ਬੀ ਕੰਜੈਕਟਿਵ, ਯਾਨੀ ਕਿ ਦੋ ਇਕੱਠੇ ਰੈੱਡ ਨੋਡ ਇਕੱਠੇ ਨਹੀਂ ਆ ਸਕਦੇ। ਅਤੇ ਤੀਜੀ ਪ੍ਰੋਪਰਟੀ ਇਹ ਹੈਗੀ ਆ ਕਿ ਆਖਰੀ ਪ੍ਰੋਪਰਟੀ ਨੋਟ ਕਰ ਲਓ ਕਿ ਜੋ ਨਵਾਂ ਨੋਡ ਕਦੀ ਵੀ ਆਪਾਂ ਕ੍ਰੀਏਟ ਕਰਨਾ ਨਾ, ਉਹ ਹਮੇਸ਼ਾ ਰੈੱਡ ਹੁੰਦਾ। ਅਤੇ ਉਸ ਤੋਂ ਬਾਅਦ ਆਪਾਂ ਉਹਨੂੰ ਬਲੈਕ ਕਰ ਲੈਂਦੇ ਹਾਂ ਜਾਂ ਉਹਦਾ ਕਲਰ ਚੇਂਜ ਕਰ ਲੈਂਦੇ, ਲੇਕਿਨ ਨਵਾਂ ਨੋਡ ਜੋ ਬਣਦਾ ਵਾ ਉਦੋਂ ਹਮੇਸ਼ਾ ਉਹ ਰੈੱਡ ਹੀ ਹੁੰਦਾ। ਤਾਂ ਲਓ ਜੀ ਆਪਾਂ ਹੁਣ ਇੱਕ ਟ੍ਰੀ ਕ੍ਰੀਏਟ ਕਰਦੇ ਹਾਂ, ਅਤੇ ਗੱਲ ਅਗਰ ਬਹੁਤੀ ਗੱਲਾਂ ਕਰਾਂਗੇ ਤਾਂ ਗੱਲ ਲੰਬੀ ਹੋ ਜੂਗੀ ਅਤੇ ਗੱਲ ਕਨਫਿਊਜ਼ ਹੋ ਜਾਂਦੀ ਆ, ਗੱਲ ਵਧ ਜਾਂਦੀ ਆ। ਅਤੇ ਆਪਾਂ ਗੱਲ ਨੂੰ ਜ਼ਰਾ ਸ਼ੋਰਟ ਰੱਖਦੇ ਹਾਂ, ਬਸ ਟ੍ਰੀ ਕ੍ਰੀਏਟ ਕਰਦੇ ਹਾਂ। ਲਓ ਜੀ ਮੈਂ ਐਂਟਰੀ ਕੀਤੀ 10, ਨਵਾਂ ਨੋਡ ਆ ਰੈੱਡ ਬਣੂਗਾ, ਲੇਕਿਨ ਚੂੰਕਿ ਰੂਟ ਹੈ ਤਾਂ ਬਲੈਕ ਹੋ ਜੂਗਾ, ਬਲੈਕ ਹੋ ਗਿਆ। ਉਸ ਤੋਂ ਬਾਅਦ ਐਂਟਰੀ ਕੀਤੀ ਮੈਂ 20 ਦੀ, ਨਵਾਂ ਨੋਡ ਆ ਰੈੱਡ ਹੋਊਗਾ, ਆਹ ਲਓ ਜੀ 20 ਹੋ ਗਿਆ। ਅਤੇ ਹੁਣ ਮੈਂ ਐਂਟਰੀ ਕੀਤੀ ਜਨਾਬ 30 ਦੀ, 30 ਨਵਾਂ ਨੋਡ ਆ ਕ੍ਰੀਏਟ ਹੋਇਆ, ਰੈੱਡ ਹੋਇਆ, ਕੰਪੇਅਰ ਹੋਇਆ 10 ਨਾਲ ਵੱਡਾ ਵਾ, 20 ਨਾਲ ਕੰਪੇਅਰ ਹੋਇਆ ਵੱਡਾ, ਅਤੇ ਇੱਥੇ ਜਾ ਕੇ ਅਟੈਚ ਹੋ ਗਿਆ। ਹੁਣ ਇੱਕ ਪ੍ਰੋਪਰਟੀ ਬ੍ਰੇਕ ਹੋ ਰਹੀ ਆ ਕਿ ਕਦੀ ਵੀ ਦੋ ਲਾਲ ਨੋਡ ਇਕੱਠੇ ਨਹੀਂ ਆ ਸਕਦੇ, ਅਤੇ ਇਸ ਵਾਸਤੇ ਇਹਨੂੰ ਆਪਾਂ ਰਿਜ਼ੋਲਵ ਕਰਨਾ। ਅਤੇ ਇਹਨੂੰ ਰਿਜ਼ੋਲਵ ਕਰਨ ਵਾਸਤੇ ਜਿਹੜਾ ਕੰਸੈਪਟ ਆ ਉਹਨੂੰ ਕਹਿੰਦੇ ਆ, ਆਪਾਂ ਇਹਦਾ ਅੰਕਲ ਦੇਖਦੇ ਹਾਂ ਨਵੇਂ ਨੋਡ ਦਾ, ਨਵਾਂ ਨੋਡ 30 ਦਾ ਅੰਕਲ ਕੌਣ? ਇਹਦਾ ਅੰਕਲ ਯਾਨੀ ਕਿ ਇਹਦੇ ਆਪੇ ਦਾ ਭਾਈ, ਯਾਨੀ ਕਿ ਇਹਦਾ ਦੂਸਰਾ ਸਿਬਲਿੰਗ। ਹੁਣ ਇਹਦਾ ਦੂਸਰਾ ਕੋਈ ਹੋਰ ਸਿਬਲਿੰਗ ਹੈ ਨਹੀਂ, ਲੇਕਿਨ ਅਗਰ ਕੋਈ ਨਾ ਹੋਵੇ ਤਾਂ ਉਹਨੂੰ ਆਪਾਂ ਅਸਿਊਮ ਕਰਦੇ ਜਿਹੜਾ ਬਲੈਕ ਆ ਉਹ ਤਾਂ ਅੰਕਲ ਹੈਗਾ, ਨਲ ਅੰਕਲ ਹੈਗਾ, ਅਤੇ ਨਲ ਹਮੇਸ਼ਾ ਬਲੈਂਕ ਹੁੰਦਾ, ਯਾਨੀ ਕਿ ਇਹਦਾ ਅੰਕਲ ਜਿਹੜਾ ਇੱਥੇ ਨਲ ਅਟੈਚ ਹੋਇਆ ਹੋਇਆ ਉਹ ਆ, ਅਤੇ ਨਲ ਹਮੇਸ਼ਾ ਬਲੈਕ ਹੁੰਦਾ, ਮਤਲਬ ਇਹਦਾ ਅੰਕਲ ਬਲੈਕ ਆ। ਅਗਰ ਅੰਕਲ ਬਲੈਕ ਹੋਵੇ ਤਾਂ ਆਪਾਂ ਕੀ ਕਰਦੇ ਹਾਂ? ਆਪਾਂ ਇਹਨੂੰ ਰੋਟੇਟ ਕਰਦੇ ਹਾਂ। ਰੋਟੇਸ਼ਨ ਕਿੱਦਾਂ ਕਰਾਂਗੇ? ਤੁਹਾਨੂੰ ਪਤਾ ਕਿਸੇ ਇਹਨੂੰ ਆਪਾਂ ਬੈਲੈਂਸ ਕਰਨਾ ਕਿੱਦਾਂ ਕਰ ਸਕਦੇ? ਇਹਨੂੰ ਚੁੱਕੇ ਪਿੱਛੇ ਪੁੱਲ ਕਰ ਲਓ, ਥੋੜ੍ਹਾ ਖਿੱਚੋ, ਅਤੇ ਥੱਲੇ ਆ ਗਿਆ, ਐਸਾ ਸੱਜੇ ਪਾਸੇ ਆ ਗਿਆ, ਤਾਂ ਟ੍ਰੀ ਬੈਲੈਂਸ ਹੋ ਜੂਗਾ। ਲਓ ਜੀ ਇਹਨੂੰ ਕਰਦੇ ਹਾਂ, ਰੋਟੇਟ ਕਰਦੇ ਹਾਂ, ਆ ਲਓ ਟ੍ਰੀ ਬੈਲੈਂਸ ਹੋ ਗਿਆ। ਹੁਣ ਅਗਰ ਆਹ ਕੇਸ ਹੋਵੇ ਪਿੱਛੇ ਵਾਲਾ ਕਿ ਅੰਕਲ ਬਲੈਕ ਹੋਵੇ ਅਤੇ ਰੋਟੇਸ਼ਨ ਕਰਨੀ ਹੋਵੇ, ਉਹਦੇ ਵਿੱਚ ਦੂਜਾ ਕੰਮ ਆਪਾਂ ਇਹ ਕਰਦੇ ਹਾਂ ਕਿ ਇਹਨੂੰ ਬੈਲੈਂਸ ਕਰਨ ਤੋਂ ਬਾਅਦ ਪੇਂਟ ਦਾ ਅਤੇ ਇਸ ਸਟਾਈਲ ਦਾ ਜਿਹੜਾ ਕਲਰ ਆ ਉਹ ਸਵੈਪ ਕਰਦੇ ਹਾਂ ਕਿ ਆਹ ਬਲੈਕ ਹੋ ਜੂਗਾ ਅਤੇ ਆਹ ਰੈੱਡ ਹੋ ਜੂਗਾ। ਲਓ ਜੀ ਇੰਨਾ ਕੰਮ ਸੀ, ਇਹ ਇੱਕ ਕੇਸ ਆਪਾਂ ਹੈਂਡਲ ਕਰ ਲਿਆ। ਹੁਣ ਆਪਾਂ ਮੈਂ ਕਰਦਾ ਉਹ 40 ਐਂਟਰ ਕਰਦਾ, ਅਗੇਨ ਦੇਖੋ 40 ਜਿਹੜਾ ਹੈਗਾ ਉਹ ਜਾ ਕੇ ਅਟੈਚ ਹੋਇਆ, ਦੋ ਰੈੱਡ ਨੋਡ ਇਕੱਠੇ ਆ ਗਏ, ਲੇਕਿਨ ਹੁਣ ਇਹਦਾ ਅੰਕਲ ਆ ਉਹ ਬਲੈਕ ਨਹੀਂ ਬਲਕਿ ਰੈੱਡ ਆ। ਅਗਰ ਅੰਕਲ 40 ਦਾ ਰੈੱਡ ਹੋਵੇ ਫਿਰ ਆਪਾਂ ਕੋਈ ਰੋਟੇਸ਼ਨ ਨਹੀਂ ਕਰਦੇ, ਬਲਕਿ ਆਪਾਂ ਪੇ ਦਾ ਅਤੇ ਚਾਚੇ ਦਾ ਕਲਰ ਦਾਦੇ ਨਾਲ ਸਵੈਪ ਕਰ ਲੈਂਦੇ, ਇਹਦਾ ਪੇ 30 ਹੈ, ਇਹਦਾ ਚਾਚਾ 10 ਹੈਗਾ, ਪੇਰੈਂਟ ਦਾ ਅਤੇ ਅੰਕਲ ਦਾ ਕਲਰ ਦਾਦੇ ਨਾਲ ਸਵੈਪ ਕਰ ਲੈਂਦੇ ਹਾਂ, ਆਹ ਰੈੱਡ ਹੋ ਜੂਗਾ ਅਤੇ ਦੋਨੋਂ ਬਲੈਕ ਹੋ ਜਾਣਗੇ। ਅੱਛਾ ਹੁਣ ਇਹਦਾ ਆਪਣਾ ਹੋ ਗਿਆ, ਕਲਰ ਸਵੈਪ ਹੋ ਗਿਆ, ਲੇਕਿਨ ਤੁਹਾਨੂੰ ਪਤਾ ਇੱਕ ਰੂਲ ਲਾ ਕੇ ਰੂਟ ਹਮੇਸ਼ਾ ਬਲੈਕ ਹੁੰਦਾ, ਇਸ ਵਾਸਤੇ ਆਪਾਂ ਆਖਰ ਅਤੇ ਰੂਟ ਨੂੰ ਬਲੈਕ ਕਰ ਦੇਣਾ। ਲਓ ਜੀ ਅਤੇ ਹੁਣ ਆਪਾਂ ਕਰਦੇ ਹਾਂ 50 ਇੰਸਰਟ ਕਰਦੇ ਹਾਂ ਜਾਂ
एक होर केस देखते 35 सेट करते हैं। 32 32 बड़ा वा। अगेन देखो दो रेड नोट कट्ठे हो गए तो यदा अंकल हमेशा फिर ब्लैक जो कि नाल ब्लैक होंगे इतने कुछ नहीं है ब्लैक है। हूँ आप की करते हैं अगर इस तरह का केस हो जाए कि पेरेंट राइट नोट हो चाइल्ड लैफ्ट नोट हो तो उन्होंने पहले आप सीधा करते हैं स्ट्रेट करा उस तो बाद नैक्सट रोटेशन करा स्ट्रेट किदा हो सकता 35 से इधर सज्जे पास आ नहीं सकता क्योंकि 35 तो लैस है इस बार 40 थले ले आने 30 तक ले आने पहले स्टैप जब स्मॉल रोटेशन की आ लो जी स्टेट हो गया। हूँ आप रोटेट करते हैं 35 उपर चलाएगा 30 थले चलाएगा आ लो तो हूँ आखिरी स्टैप करते हैं कि 35 पेरेंट का चाइल्ड का कलर वापस स्वैप कर दे दोनों का आ लो। तो इस तरह ही यही केस लैफ्ट पास भी यही केस चेक कर सकते हैं अप्लाई करके देख सकते हैं। तो चलो मैं एक होर एंट्री करदा 50 की एंट्री करदा उन्हें की होगा कुछ भी नहीं होगा जो 50 इतने आऊगा अंकल रेड या जस्ट कलर स्वैप हो गए चलो इन्हें प्ले कर लें गया चलो कलर स्वैप हो गए। हूँ मैं एंट्री करदा जनाब 60 की चल जी चल यद अंकल रेड ब्लैक है हूँ हो गया। हूँ मैं एंट्री करदा 70 की इधर एक शायद नोट करनी है यद अंकल रेड आ जस्ट कलर स्वैप होगा कलर स्वैप हो गया। हूँ एक नवा जो कह लो कि नवा पंगा पाया हुआ है कि दो फिर अपन रेड हो गए तो है तो एक लाइन ची इस बार जी शॉर्ट रोटेशन है वो तो नहीं करनी लेकिन इतने अपन रोटेशन करनी पैनी क्योंकि यहाँ जो चाचा हैगा एस आखिरी नोट का वो ब्लैक है 10 तो इन उपर ले जाएंगे हम इन उत्तर लैके जावे तो जो 20 है लैफ्ट नोट बन जूगा तो बाकी सब कुछ सेम रहेगा लेकिन यदा लैफ्ट नोट पहले 30 से 30 कितने होगा 30 20 का राइट नोट बन जूगा ये बस उसी केस लगा याद रखना उपर गया 20 लैफ्ट नोट बन गया 30 20 का राइट नोट बन गया। तो यही केस लैफ्ट पास भी अप्लाई कर सकते हैं वो आखिर कलर स्वैप कर लिया अपना लो जी मैं हूँ 5 इंसर्ट किया कोई केस मसला नहीं चुके एक नोट इंसर्ट होया हूँ मैं इंसर्ट किया सपोज 3 इंसर्ट किया 7 इंसर्ट किया और देखो की बनता दो कट्ठे रेड नोट आ गए तो यह चाचा जो है वो भी ब्लैक है चूंकि नाल ब्लैक होंगे तो पहले अपन एक लैंच लैके आवेंगे 7 पर होगा 5 थले जाऊगा लैंच गए हूँ आप इन्हें रोटेशन करा लो जी तो कलर दोनों का स्वैप कर देंगे लो जी ये टोटल केस है कि रेड ब्लैक ट्री के जो तुम नोट कर ले ओके रब रखा।